ਮਾਮ ਤੈਨੂੰ ਡੈਡ ਮੰਗਦਾ। ਮੈਂ ਕਿਹਾ ਹੁਣ ਨਹੀਂ ਮੰਗਦਾ, 25-30 ਸਾਲ ਪਹਿਲਾਂ ਮੰਗਿਆ ਸੀ, ਹੁਣ ਤਾਂ ਛੱਡਣ ਨੂੰ ਫਿਰਦਾ, ਹੁਣ ਨਹੀਂ ਮੰਗਦਾ। ਉਹ ਸਾਨੂੰ ਇੱਕ ਅਸੀਂ ਟੋਰਾਂਟੋ ਤੋਂ ਮੋਂਟਰੀਅਲ ਜਾ ਰਹੇ ਸੀ ਸ਼ੋਅ ਕਰਨ, ਕਾਫੀ ਦੇਰ ਦੀ ਗੱਲ ਹੈ। ਇੱਕ ਸਾਡੇ ਨਾਲ ਉੱਥੋਂ ਦਾ ਬੌਨ ਗੱਡੀ 'ਚ ਚਲਾਉਂਦਾ ਸੀ, ਮੈਂ ਉਹਨੂੰ ਪੁੱਛਿਆ ਮੈਂ ਕਿਵੇਂ ਘਰੇ, ਠੀਕ ਆ ਯਾ ਗੋਡਿਆ ਨਾਈਸ ਆ, ਮੈਂ ਕਿਹਾ ਬਾਕੀ ਠੀਕ ਆ ਯਾ ਠੀਕ ਆ, ਬਾਕੀ ਮੇਰਾ ਡੈਡ ਕਦੇ ਕਦੇ ਤੰਗ ਕਰਦਾ, ਮੈਂ ਕਿਹਾ ਕੀ ਕਰਦਾ, ਦਾਰੂ ਪੀ ਕੇ ਕੰਜਰ ਬਣ ਜਾਂਦਾ। ਮੈਂ ਕਿਹਾ ਫਰਸ਼ ਨਹੀਂ ਕੋਈ ਕੰਜਰ ਯਾਰ, ਕਹਿੰਦਾ ਲਾਈਕ ਡਾਂਸ ਕਰਦਾ, ਉੱਚੀ ਉੱਚੀ ਗਾਉਂਦਾ ਵੀ ਡਾਂਸ ਕਰਦਾ। ਮੈਂ ਕਿਹਾ ਯਾਰ ਤੂੰ ਐਂ ਕਹਿ ਵੀ ਫਨ ਕਰਦਾ, ਕੰਜਰ ਨਹੀਂ ਹੁੰਦਾ ਇਹ, ਫਨ ਕਰਦਾ। ਅੱਛਾ ਫਨ ਹੁੰਦਾ, ਹਾਂ ਮੇਰੀ ਮੰਮ ਕਹਿੰਦੀ ਹੁਣ ਕੰਜਰ ਬਣ ਗਿਆ ਇਹ। ਮੈਂ ਕਿਹਾ ਫੇਰ ਤੁਹਾਡਾ ਰੌਲਾ ਭਾਈ ਡੋਮੈਸਟਿਕ ਹੈ, ਫੇਰ ਮੈਂ ਵਿੱਚ ਨਹੀਂ ਪੈਂਦਾ। ਲਾਈਕ ਗੁੱਡ ਯਾ ਨਾਈਸ ਯਾ। ਮੈਨੂੰ ਅਮਰੀਕਾ 'ਚ ਇੱਕ ਬਜ਼ੁਰਗ ਮਿਲਿਆ, ਉਹ ਮੈਂ ਕਿਹਾ ਕਿਵੇਂ ਆ ਜੀ, ਕਾਹਦਾ ਕਿਵੇਂ ਆ, ਕੁੱਤ ਖਾਨਾ ਕੁੱਤਾ ਕੰਮ ਆ ਇੱਥੇ, ਮੈਂ ਕੀ ਹੋ ਗਿਆ, ਇੱਥੇ ਟਾਈਮ ਹੀ ਹੈ ਨਹੀਂ ਕਦੇ ਕੋਲੇ, ਆ ਮੈਂ ਦੇਖ ਲਾ। ਉਹਦੇ ਕੋਲ ਪੋਤਾ ਪੋਤੀ ਨਾਲ ਨਹੀਂ, ਫਿਰ ਅਲਾ ਪਿਛਲੇ 10 ਸਾਲਾਂ ਤੋਂ ਤੜਕੀ ਸਾਡੀ ਬਹੂ ਕੰਮ ਤੇ, ਰਾਤ ਨੂੰ ਮੁੰਡਾ ਕੰਮ ਤੇ, ਬੱਚੇ ਪਤਾ ਨਹੀਂ ਕਦੋਂ ਤੇ ਕਿਵੇਂ ਜੰਮ ਤੇ, ਸਾਨੂੰ ਸਾਹਮਣੇ ਪੈ ਗਏ ਦੋ ਦੋ ਵਾਰੀ, ਸਾਨੂੰ ਮਾਪੇ ਬਣਨਾ ਪੈ ਗਿਆ, ਪਹਿਲਾਂ ਇਹਨਾਂ ਦੇ ਪਿਓਾਂ ਨੂੰ ਸਾਂਭੀ ਗਿਆ, ਹੁਣ ਇਹਨਾਂ ਨੂੰ ਸਾਂਭੀ ਜਾਂਦੇ ਹਾਂ, ਕੁੱਤਾ ਕੰਮ ਹੈ ਕੁੱਤ ਖਾਣਾ ਇੱਥੇ ਪਰੌਂਠੇ ਬਣਾਉਣ ਵੇਲੇ ਵੀ ਕੁੱਤੇ ਖਾਣੀ ਹੁੰਦੀ ਹੈ। ਮੈਂ ਕਿਵੇਂ, ਪਰੌਂਠੇ ਜਦੋਂ ਬਣਾਉਂਦੇ ਹਾਂ ਧੂੰਆਂ ਨਿਕਲਦਾ, ਧੂੰਏ ਨਾਲ ਫਾਇਰ ਅਲਾਰਮ ਚੱਲਦਾ, ਫਾਇਰ ਅਲਾਰਮ ਨਾਲ ਪੁਲਿਸ ਆਉਂਦੀ ਹੈ, ਫਿਰ ਸਾਡੀ ਬੁੜਿਆਂ ਦੀ ਡਿਊਟੀ ਪਰੌਂਠੇ ਬਣਾਉਣ ਵੇਲੇ ਫਾਇਰ ਅਲਾਰਮ ਦੇ ਥੱਲੇ ਲਾਉਂਦੇ ਨੇ ਵੀ ਐਂ ਕਰੀ ਚੱਲ ਬਸ, ਵੀ ਜੇ ਤੂੰ ਆ ਗਿਆ ਵਿੱਚ ਪੁਲਿਸ ਆਊ। ਮੈਂ ਕਿਹਾ ਕਮਾਲ ਆ ਯਾਰ, ਕੋਤਾ ਕੰਮ ਆ ਇੱਥੇ, ਸਾਡੇ ਕਤਲ ਹੋਣ 'ਤੇ ਵੀ ਨਹੀਂ ਆਉਂਦੇ, ਇੱਥੇ ਪਰੌਂਠੇ ਬਣਾਉਣ 'ਤੇ ਵੀ ਆ ਜਾਂਦੀ ਹੈ ਪੁਲਿਸ, ਕੋਤਾ ਕੰਮ ਆ ਕੋਤਾ ਖਾਣਾ ਇੱਥੇ। ਮੇਨ ਪ੍ਰੋਬਲਮ ਇੱਥੇ